ਸ੍ਰੀਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅੱਜ ਅਸੀਂ ਪੰਜਾਬੀ ਸਟਾਈਲ ਪੋਹਾ ਬਣਾ ਕੇ ਤਿਆਰ ਕਰਾਂਗੇ। ਇਹ ਪੋਹਾ ਜਿਹੜਾ ਆ 7 ਤੋਂ 8 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਰੈਸਪੀ ਆ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਸੋ ਚਲੋ ਦੇਖਦੇ ਹਾਂ ਕਿਵੇਂ ਬਣਦਾ ਹੈ ਪੰਜਾਬੀ ਸਟਾਈਲ ਇੱਕਦਮ ਹੈਲਦੀ ਤੇ ਟੇਸਟੀ ਪੋਹਾ। ਸੋ ਪੋਹਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਇੱਕ ਕੋਲੀ ਪੋਹਾ ਲਿਆ ਆ। ਹੁਣ ਆਪਾਂ ਸਭ ਤੋਂ ਪਹਿਲਾਂ ਪੋਹੇ ਨੂੰ ਧੋ ਕੇ ਤਿਆਰ ਕਰਨਾ ਆ। ਸੋ ਪੋਹੇ ਨੂੰ ਵਾਸ਼ ਕਰਨ ਦੇ ਲਈ ਮੈਂ ਵੱਡਾ ਬਰਤਨ ਲੈ ਲਿਆ ਆ। ਇਹਦੇ ਉੱਪਰ ਆਪਾਂ ਲਗਾ ਦਾਂਗੇ ਸਟੇਨਰ। ਤੁਸੀਂ ਧਿਆਨ ਰੱਖਣਾ ਹੈ ਕਿ ਪੋਹੇ ਨੂੰ ਆਪਾਂ ਪਾਣੀ ਦੇ ਵਿੱਚ ਭਿਗੋ ਕੇ ਨਹੀਂ ਰੱਖਣਾ ਹੈਗਾ, ਸਿਰਫ ਆਪਾਂ ਇਹਨੂੰ ਸਾਫ਼ ਪਾਣੀ ਦੇ ਨਾਲ ਵਾਸ਼ ਕਰ ਰਹੇ ਹਾਂ ਤਾਂ ਕਿ ਇਹਦੇ ਵਿੱਚ ਜਿੰਨੀ ਵੀ ਗਰਦ ਹੋਵੇ ਜਾਂ ਆਟਾ ਜਿਹੜਾ ਹੁੰਦਾ ਆ ਉਹ ਨਿਕਲ ਜਾਵੇ। ਦੇਖੋ ਪੋਹੇ ਨੂੰ ਮੈਂ ਸਾਫ਼ ਪਾਣੀ ਦੇ ਨਾਲ 2 ਤੋਂ 3 ਵਾਰੀ ਧੋ ਲਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਇਸ ਤਰੀਕੇ ਦਾ ਜਿਹੜਾ ਆਟਾ ਜਿਹਾ ਹੈ ਉਹ ਨਿਕਲ ਗਿਆ ਆ। ਤੇ ਹੁਣ ਆਪਾਂ ਕੀ ਕਰਾਂਗੇ, ਪੋਹੇ ਨੂੰ ਪਲੇਟ ਦੇ ਵਿੱਚ ਆਪਾਂ ਕੱਢ ਲਾਂਗੇ ਤੇ ਅੱਗੇ ਦਾ ਪ੍ਰੋਸੈਸ ਦੇਖਦੇ ਹਾਂ। ਪੋਹੇ ਨੂੰ ਮੈਂ 4-5 ਵਾਰੀ ਪਾਣੀ ਦੇ ਨਾਲ ਚੰਗੇ ਤਰੀਕੇ ਨਾਲ ਧੋ ਲਿਆ ਸੀ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਇਹਨੂੰ ਇਸ ਤਰੀਕੇ ਨਾਲ ਫੁਲਾ ਲੈਣਾ ਆ। ਤੇ ਹੁਣ ਆਪਾਂ ਫਟਾਫਟ ਪੋਹਾ ਬਣਾ ਕੇ ਤਿਆਰ ਕਰਦੇ ਹਾਂ। ਪੋਹਾ ਬਣਾਉਣ ਦੇ ਲਈ ਕੜਾਹੀ ਦੇ ਵਿੱਚ ਮੈਂ 1 ਵੱਡਾ ਚਮਚ ਘਿਓ ਗਰਮ ਕਰ ਲਿਆ ਹੈ। ਤੁਸੀਂ ਚਾਹੋ ਤਾਂ ਸਰੋਂ ਦਾ ਤੇਲ ਜਾਂ ਰਿਫਾਈਂਡ ਤੇਲ ਵੀ ਇਸਤੇਮਾਲ ਕਰ ਸਕਦੇ ਹੋ। ਸੋ ਘਿਓ ਨੂੰ ਆਪਾਂ ਮੈਲਟ ਹੋਣ ਦੇਵਾਂਗੇ ਪਹਿਲਾਂ ਚੰਗੇ ਤਰੀਕੇ ਨਾਲ। ਘਿਓ ਮੈਲਟ ਹੋ ਗਿਆ ਹੈ, ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ 1 ਚਮਚ ਜੀਰਾ। ਜੀਰੇ ਦੀ ਥਾਂ ਤੇ ਤੁਸੀਂ ਇੱਥੇ ਚਾਹੋ ਤਾਂ ਰਾਈ ਵੀ ਇਸਤੇਮਾਲ ਕਰ ਸਕਦੇ ਹੋ। ਦੇਖੋ ਜੀਰਾ ਜਿਹੜਾ ਤੜਕ ਗਿਆ ਆ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ 1 ਪਿਆਜ ਸਲਾਈਸ ਕੀਤਾ ਹੋਇਆ। ਪਿਆਜ ਨੂੰ ਆਪਾਂ ਇੱਥੇ ਹਲਕਾ ਜਿਹਾ ਸੌਫਟ ਹੋਣ ਤੱਕ ਭੁੰਨਣਾ ਹੈ, ਕੋਈ ਡਾਰਕ ਬਰਾਊਨ ਜਾਂ ਬਰਾਊਨ ਨਹੀਂ ਕਰਨਾ ਹੈਗਾ ਤੇ ਗੈਸ ਦੀ ਫਲੇਮ ਮੀਡੀਅਮ ਰੱਖਣੀ ਹੈ। ਦੇਖੋ ਪਿਆਜ ਦੇ ਲੱਛੇ ਜਿਹੜੇ ਆ ਇੱਕਦਮ ਅਲੱਗ ਅਲੱਗ ਹੋ ਗਏ ਆ, ਕੱਲੇ ਕੱਲੇ ਹੋ ਗਏ ਆ। ਸੋ ਤੁਸੀਂ ਵੀ ਪਿਆਜ ਨੂੰ ਇਸ ਤਰੀਕੇ ਨਾਲ ਲੰਬਾ ਲੰਬਾ ਸਲਾਈਸ ਕਰਕੇ ਹੀ ਪਾਇਓ, ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਦੇਖਣ ਨੂੰ ਵੀ ਤੇ ਖਾਣ ਦੇ ਲਈ ਤਾਂ ਵਧੀਆ ਲੱਗਦਾ ਹੀ ਆ। ਸੋ ਥੋੜਾ ਜਿਹਾ ਆਪਾਂ ਪਿਆਜ ਨੂੰ ਹੋਰ ਭੁੰਨ ਲਾਂਗੇ। ਦੇਖੋ ਪਿਆਜ ਜਿਹੜੇ ਮੈਂ ਹਲਕੇ ਜਿਹੇ ਭੁੰਨ ਲਿਆ, ਇਹ ਤੋਂ ਜ਼ਿਆਦਾ ਆਪਾਂ ਪਿਆਜ ਨੂੰ ਨਹੀਂ ਭੁੰਨਣਾ ਹੈਗਾ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ 2 ਛੋਟੇ ਸਾਈਜ਼ ਦੇ ਟਮਾਟਰ ਬਰੀਕ ਕੱਟੇ ਹੋਏ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਅਦਰਕ। ਜੇ ਤੁਸੀਂ ਬੱਚਿਆਂ ਦੇ ਲਈ ਬਣਾ ਰਹੇ ਹੋ, ਬੱਚੇ ਅਦਰਕ ਖਾਣਾ ਨਹੀਂ ਪਸੰਦ ਕਰਦੇ ਤਾਂ ਤੁਸੀਂ ਸਕਿਪ ਕਰ ਸਕਦੇ ਹੋ। ਤੇ ਅਦਰਕ ਨੂੰ ਤੁਸੀਂ ਇਸ ਤਰੀਕੇ ਨਾਲ ਲੰਬਾ ਲੰਬਾ ਸਲਾਈਸ ਕਰਕੇ ਪਾਉਣਾ ਹੈ, ਵਧੀਆ ਲੱਗਦਾ ਦੇਖਣ ਨੂੰ। ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਟੇਸਟ ਦੇ ਹਿਸਾਬ ਨਾਲ ਨਮਕ ਤਾਂ ਕਿ ਟਮਾਟਰ ਜਿਹੜੇ ਸਾਡੇ ਜਲਦੀ ਸੌਫਟ ਹੋ ਜਾਣ। ਮਿਕਸ ਕਰ ਦਾਂਗੇ ਚੰਗੇ ਤਰੀਕੇ ਦੇ ਨਾਲ ਤੇ ਕਵਰ ਕਰਕੇ ਟਮਾਟਰਾਂ ਨੂੰ ਆਪਾਂ ਹਲਕਾ ਜਿਹਾ ਸੌਫਟ ਹੋਣ ਤੱਕ ਪਕਾ ਲਾਂਗੇ। ਦੇਖੋ ਟਮਾਟਰ ਨੂੰ ਆਪਾਂ ਥੋੜਾ ਜਿਹਾ ਭੁੰਨ ਲਿਆ ਆ, ਇਹਨੂੰ ਜ਼ਿਆਦਾ ਨਹੀਂ ਭੁੰਨਣਾ ਹੈਗਾ, ਹਲਕਾ ਜਿਹਾ ਖੜਮਾ ਹੀ ਰੱਖਣਾ ਆ ਤਾਂ ਹੀ ਟਮਾਟਰ ਜਿਹੜਾ ਖਾਣ ਨੂੰ ਵਧੀਆ ਲੱਗਦਾ ਆ। ਸੋ ਆਪਾਂ ਇਹਦੇ ਵਿੱਚ ਪਾ ਦਾਂਗੇ ਉਹਨੇ ਟੇਸਟ ਦੇ ਹਿਸਾਬ ਨਾਲ ਹਰੀ ਮਿਰਚ। ਹਰੀ ਮਿਰਚ ਨੂੰ ਮੈਂ ਕੱਟ ਕੇ ਪਾਇਆ ਆ, ਤੁਸੀਂ ਚਾਹੋ ਤਾਂ ਇਹਨੂੰ ਪੀਸ ਕੇ ਵੀ ਪਾ ਸਕਦੇ ਹੋ। ਮਿਕਸ ਕਰ ਦਾਂਗੇ ਚੰਗੇ ਤਰੀਕੇ ਦੇ ਨਾਲ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਹਲਦੀ ਪਾਊਡਰ। ਪੋਹਾ ਜਿਹੜਾ ਕਲਰਡ ਵਧੀਆ ਲੱਗਦਾ ਆ, ਕਈ ਲੋਕੀ ਇਹਨੂੰ ਵਾਈਟ ਵੀ ਬਣਾਉਂਦੇ ਆ ਬਿਨਾਂ ਹਲਦੀ ਤੋਂ। ਮਿਕਸ ਕਰ ਦਾਂਗੇ ਚੰਗੇ ਤਰੀਕੇ ਨਾਲ। ਦੇਖੋ ਇੱਕਦਮ ਦੇਸੀ ਸਟਾਈਲ ਤੜਕਾ ਜਿਹੜਾ ਬਣ ਕੇ ਤਿਆਰ ਆ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪੋਹਾ ਜਿਹਨੂੰ ਆਪਾਂ ਧੋ ਕੇ ਰੱਖਿਆ ਸੀਗਾ। ਤੁਸੀਂ ਦੇਖ ਸਕਦੇ ਹੋ ਇੱਕਦਮ ਖਿਲਿਆ ਖਿਲਿਆ ਪੋਹਾ ਆ। ਸੋ ਇਹ ਸਟੈਪ ਤੁਸੀਂ ਧਿਆਨ ਰੱਖਣਾ ਹੈ ਕਿ ਪੋਹੇ ਨੂੰ ਆਪਾਂ ਪਾਣੀ ਦੇ ਵਿੱਚ ਭਿਗੋ ਕੇ ਨਹੀਂ ਰੱਖਣਾ ਹੈਗਾ, ਇਹਨੂੰ ਸਿਰਫ ਆਪਾਂ ਸਾਫ਼ ਪਾਣੀ ਦੇ ਨਾਲ ਵਾਸ਼ ਕਰਨਾ ਹੈ। ਸੋ ਪੋਹਾ ਮੈਂ ਕੜਾਹੀ ਦੇ ਵਿੱਚ ਪਾ ਦਿੱਤਾ ਆ, ਬਿਲਕੁਲ ਹਲਕੇ ਹੱਥਾਂ ਦੇ ਨਾਲ ਆਪਾਂ ਇਹਨੂੰ ਤੜਕੇ ਦੇ ਨਾਲ ਮਿਕਸ ਕਰ ਦਾਂਗੇ। ਦੇਖੋ ਫ੍ਰੈਂਡਸ, ਬੱਚੇ ਜਿਹੜੇ ਆ ਚਾਵਲ ਖਾ ਖਾ ਕੇ ਕਈ ਵਾਰ ਅੱਕ ਜਾਂਦੇ ਆ, ਸੋ ਤੁਸੀਂ ਇਸ ਤਰੀਕੇ ਦੇ ਨਾਲ ਦੇਸੀ ਸਟਾਈਲ ਪੋਹਾ ਬਣਾ ਕੇ ਦਿਓ, ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਊਗਾ। ਮੈਨੂੰ ਵੀ ਪਰਸਨਲੀ ਪੋਹਾ ਬਹੁਤ ਜ਼ਿਆਦਾ ਪਸੰਦ ਆ। ਸੋ ਦੇਖੋ ਪੋਹੇ ਨੂੰ ਮੈਂ ਤੜਕੇ ਦੇ ਨਾਲ ਚੰਗੇ ਤਰੀਕੇ ਨਾਲ ਮਿਕਸ ਕਰ ਦਿੱਤਾ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1/4 ਕੋਲੀ ਮੂੰਗਫਲੀ। ਮੂੰਗਫਲੀ ਪੋਹੇ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤੇ ਇਹ ਮੂੰਗਫਲੀ ਜਿਹੜੀ ਮੈਂ ਰੋਸਟਡ ਇਸਤੇਮਾਲ ਕੀਤੀ ਆ। ਜੇ ਤੁਸੀਂ ਕੱਚੀ ਮੂੰਗਫਲੀ ਇਸਤੇਮਾਲ ਕਰਦੇ ਆ ਤਾਂ ਤੁਸੀਂ ਮੂੰਗਫਲੀ ਨੂੰ ਪਹਿਲਾਂ ਭੁੰਨ ਲੈਣਾ ਹੈ। ਸੋ ਆਪਾਂ ਇਹਦੇ ਵਿੱਚ ਪਾ ਦਾਂਗੇ ਸੋਗੀ। ਸੋਗੀ ਵੀ ਪੋਹੇ ਦੇ ਵਿੱਚ ਕਿਸ਼ਮਿਸ਼ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤੇ ਜਿੱਦਾਂ ਇੱਥੇ ਮੈਂ ਸਿਰਫ ਮੂੰਗਫਲੀ ਤੇ ਕਿਸ਼ਮਿਸ਼ ਦਾ ਇਸਤੇਮਾਲ ਕੀਤਾ ਹੈ, ਤੁਸੀਂ ਚਾਹੋ ਤਾਂ ਇੱਥੇ ਆਪਣੀ ਮਨਪਸੰਦ ਦੇ ਕੋਈ ਵੀ ਡਰਾਈ ਫਰੂਟਸ ਜਿਹੜੇ ਆ ਇਸਤੇਮਾਲ ਕਰ ਸਕਦੇ ਹੋ। ਬਦਾਮ, ਕਾਜੂ ਜਾਂ ਕੋਈ ਮਗਜ ਉਹਨਾਂ ਨੂੰ ਵੀ ਇਸਤੇਮਾਲ ਕਰ ਸਕਦੇ ਹੋ। ਸੋ ਦੇਖੋ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਿੱਤਾ ਹੈ। ਹੁਣ ਆਪਾਂ ਕੀ ਕਰਾਂਗੇ, ਕਵਰ ਕਰਕੇ ਪੋਹੇ ਨੂੰ 2 ਮਿੰਟ ਦੇ ਲਈ ਆਪਾਂ ਇਹਨੂੰ ਪਕਾ ਲਾਂਗੇ ਤਾਂ ਕਿ ਸਾਰੇ ਫਲੇਵਰ ਜਿਹੜੇ ਆ ਉਹ ਆਪਸ ਦੇ ਵਿੱਚ ਮਿਕਸ ਹੋ ਜਾਣ।
ਪੋਹੇ ਨੂੰ ਕਵਰ ਕਰਕੇ 2 ਤੋਂ 3 ਮਿੰਟ ਮੈਂ ਪਕਾ ਲਿਆ ਹੈ ਤੇ ਪੋਹਾ ਜਿਹੜਾ ਸਾਡਾ ਬਿਲਕੁਲ ਬਣ ਕੇ ਤਿਆਰ ਆ। ਇੱਕ ਵਾਰ ਮਿਕਸ ਕਰ ਲਾਂਗੇ ਹਲਕਾ ਜਿਹਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫਰੈਸ਼ ਧਨੀਆ ਕੱਟ ਕੇ। ਜੇ ਤੁਹਾਡੇ ਕੋਲ ਧਨੀਆ ਨਹੀਂ ਹੈਗਾ ਤਾਂ ਤੁਸੀਂ ਪਾਲਕ ਜਾਂ ਮੇਥੀ ਦਾ ਵੀ ਇਸਤੇਮਾਲ ਕਰ ਸਕਦੇ ਹੋ, ਉਹ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਮਿਕਸ ਕਰ ਦਾਂਗੇ ਚੰਗੇ ਤਰੀਕੇ ਦੇ ਨਾਲ ਤੇ ਗੈਸ ਆਪਾਂ ਬੰਦ ਕਰ ਦਾਂਗੇ। ਤੇ ਹੁਣ ਆਪਾਂ ਕੀ ਕਰਨਾ ਹੈ, ਥੋੜਾ ਜਿਹਾ ਆਪਾਂ ਪਾਣੀ ਦਾ ਛਿੱਟਾ ਦੇ ਕੇ ਇਸ ਤਰੀਕੇ ਦੇ ਨਾਲ ਇਹਨੂੰ ਕਵਰ ਕਰਕੇ ਆਪਾਂ ਇਹਨੂੰ 2 ਮਿੰਟ ਲਈ ਛੱਡ ਦੇਣਾ ਹੈ, ਦਮ ਦਵਾਉਣਾ ਹੈ ਤਾਂ ਕਿ ਇਹਦਾ ਟੇਸਟ ਜਿਹੜਾ ਹੋਰ ਜ਼ਿਆਦਾ ਵੱਧ ਜਾਵੇ। ਵਾਓ, ਤੁਸੀਂ ਦੇਖ ਸਕਦੇ ਹੋ ਇੱਕਦਮ ਕਲਰਫੁਲ ਟੇਸਟੀ ਤੇ ਹੈਲਦੀ ਪੋਹਾ ਜਿਹੜਾ ਸਾਡਾ ਬਿਲਕੁਲ ਬਣ ਕੇ ਤਿਆਰ ਆ, ਇੱਕਦਮ ਖਿਲਾ ਖਿਲਾ ਪੋਹਾ ਬਣ ਕੇ ਤਿਆਰ ਹੋਇਆ ਹੈ। ਸੋ ਹੁਣ ਆਪਾਂ ਗਰਮਾ ਗਰਮ ਪੋਹੇ ਨੂੰ ਸਰਵ ਕਰ ਲਾਂਗੇ। ਸੋ ਇਸ ਤਰੀਕੇ ਨਾਲ ਮੈਂ ਇੱਕ ਸਰਵਿੰਗ ਪਲੇਟ ਲੈ ਲਈ ਹੈ, ਇਹਦੇ ਵਿੱਚ ਆਪਾਂ ਆਪਣੇ ਪੋਹੇ ਨੂੰ ਕੱਢ ਲਾਂਗੇ। ਫਰੈਂਡਸ, ਤੁਸੀਂ ਦੇਖਿਆ ਕਿ ਪੋਹੇ ਨੂੰ ਬਣਾਉਣਾ ਕਿੰਨਾ ਜ਼ਿਆਦਾ ਆਸਾਨ ਆ, ਤੇ ਸੱਚ ਮੰਨਿਓ ਕਿ ਇੰਨਾ ਜ਼ਿਆਦਾ ਟੇਸਟੀ ਬਣਦਾ ਆ ਕਿ ਤੁਸੀਂ ਇੱਕ ਵਾਰੀ ਬਣਾਓਗੇ ਤਾਂ ਬਾਰ ਬਾਰ ਬਣਾ ਕੇ ਖਾਓਗੇ। ਸੋ ਪੋਹੇ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਾਂਗੇ। ਸੋ ਫਰੈਂਡਸ, ਤੁਸੀਂ ਵੀ ਇਸੇ ਤਰੀਕੇ ਨਾਲ ਪੋਹਾ ਬਣਾਇਓ ਤੇ ਖਾਇਓ। ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ। ਜੇਕਰ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ ਆਲ ਦੀ ਆਪਸ਼ਨ ਤੇ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।